जो पाकिस्तान उत जाके फौजी पानी पिया इस वे जुड़े हो साढ़े नाल पंजाबी लहर यूट्यूब चैनल के नाल नाल तुसीं सानूं फेसबुक पर वेख सकते हो। पार्टीशन दीआं गल्लां करी दीआं 1947 दीआं गल्लां करनियां, विछोड़े दीआं दास्तानां दी जे गल करिए, पहलों दी सांझां दी गल करिए, जिहड़ी पार्टीशन वेले जो नुकसानात होए उन्हां दी गलबात तुहाडे तक शेयर करदे रहिंदा। अज उस ही तरह का एक होर प्रोग्राम लै के असीं तुहाडे रूबरू हाँ, पेश हाँ पिंड फतेहरियां। फतेहरियां बिल्कुल रावी बॉर्डर जिहड़ा उहदे ते पैंदा ज़िला शेखपुरा दे विच, हुण लाहौर दे जोन बना दिते गए ने दो, शायद लाहौर दे विच आ जाए। साडे नाल बजुर्ग ने जिहड़े इसे पिंड दे वासी ने, इसे पिंड दे विच रहिंदे ने, पार्टीशन तो पहलों उन्हां नूं होश, उन्हां नाल अज दी गलबात करनी है। अस्सलाम वालेकुम बाबा जी। बिस्मिल्लाह वालेकुम। बाबा जी नाम पहलों दस्सो, की तुहाडा नाम? मोहम्मद अमीन। मोहम्मद अमीन दे वाला साहब दा? इब्राहिम कौडा। इब्राहिम कौला कौडा कौडा ਕੌਡਾ ਅੱਲ ਪਈ ਸੀ ਕੌਡਾ? ਹਾਂ ਠੀਕ। ਇਹ ਤੁਹਾਡੇ ਟੱਬਰ ਦੀ ਅੱਲ ਜਾਂ ਤੁਹਾਡੇ ਵਾਲਾ ਸਾਹਿਬ ਦੀ ਅੱਲ ਪਈ? ਅਭੀ ਇਹ ਕੌਡਿਆਂ ਦਾ ਟੱਬਰ ਹੈ, ਅਭੀ ਉਹ ਕੌਡਿਆਂ ਦਾ ਟੱਬਰ ਵੱਜਦਾ ਸੀ। ਅੱਛਾ, ਉਮਰ ਕਿੰਨੀ ਕੁ ਤੁਹਾਡੀ? ਬਾਰਾਂ ਸਾਲ ਹੋ ਸੀ। ਅਤੇ ਬਰਾਦਰੀ ਕਿਹੜੀ ਤੁਹਾਡੀ? ਰਾਈ। ਇੱਥੇ ਫਤਿਹਰਿਆਂ ਦੇ ਵਿੱਚ ਕਿੰਨੇ ਪਿੰਡ, ਪਿੰਡ ਦੇ ਵਿੱਚ ਰਾਈਆਂ ਦੇ ਘਰ ਕਿੰਨੇ ਸੀ, ਮਤਲਬ ਮੁਸਲਮਾਨਾਂ ਦੇ ਤੇ ਜਾਂ ਇੱਧਰ ਸਿੱਖ ਸਨ? ਦੱਖਣ ਪਾਸੇ ਮੁਸਲਮਾਨ ਸਨ, ਅੱਧੇ ਰਾਈ। ਅੱਛਾ ਅੱਛਾ, ਤਾਂ ਕਿੰਨੇ ਘਰ ਸੀ ਮੁਸਲਮਾਨਾਂ ਦੇ ਤਕਰੀਬਨ? ਅਤੇ ਉਹਨਾਂ ਦੇ ਸਿੱਖਾਂ ਦੇ? ਸਿੱਖਾਂ ਦੇ ਜ਼ਿਆਦਾ ਸੀ ਉਹਨਾਂ ਦੇ। ਕਿਹਦੇ ਕੋਲ ਸੀ ਮਾਲਕੀ, ਕਿਹਦੀ ਬਹੁਤੀ ਸੀ ਮਾਲਕੀ? ਵੈਸੇ ਪਾਰਟੀਸ਼ਨ ਹੋਈ ਆ ਉਸ ਤੋਂ ਪਹਿਲੋਂ? ਪਹਿਲੋਂ ਸਾਰੀ ਗੱਲ ਅੱਧਾ ਘਰ ਉਹਨਾਂ ਦਾ, ਪਿੰਡ ਉਹਨਾਂ ਦਾ ਸੀ, ਉਹ ਗੁਰਦੁਆਰਾ ਹੈਗਾ ਸੀ ਪਿੰਡ 'ਚ ਉਹਨਾਂ ਦਾ। ਇਧਰਲੇ ਪਾਸੇ ਸੀ ਉਹ ਵੀ? ਠੀਕ ਹੈ। ਅਤੇ ਉਸ ਟਾਈਮ ਕੋਈ ਤੁਹਾਡੇ ਹਾਂ ਦੇ ਜਾਂ ਕੋਈ ਵੱਡਿਆਂ ਦੇ ਕੋਈ ਨਾਂ ਜਿਹੜੇ ਇੱਥੋਂ ਉੱਠ ਕੇ ਗਏ ਨੇ ਉਹਨਾਂ ਦੇ ਯਾਦ ਨੇ ਕਿਸੇ ਦੇ? ਕੋਈ ਤੁਹਾਡੇ ਹਾਂ ਦਾ? ਕਿਹੜੇ ਸਕੂਲੇ ਪੜ੍ਹਦੇ? ਨਹਿਰੋ ਪਾਰ ਕਿਹੜੇ ਪਿੰਡ ਦੇ ਵਿੱਚ? ਅਰੀਆ ਨਗਰ। ਠੀਕ ਹੈ। ਅਤੇ ਉਹ ਜਿਹੜੇ ਨਾਲ ਤੁਹਾਡੇ ਪੜ੍ਹਦੇ ਸੀ ਉਹਨਾਂ ਦਾ ਕਿਸੇ ਦਾ ਨਾਂ ਯਾਦ ਹੈ? ਪੜ੍ਹਾਉਂਦਾ ਕੌਣ ਸੀ ਉਦੋਂ? ਨਹੀਂ ਨਹੀਂ, ਮਾਸਟਰ ਦਾ ਨਾਮ ਨਹੀਂ ਯਾਦ? ਲਾਲਾ ਭਗਤ ਰਾਮ, ਉਹ ਹਿੰਦੂ ਸੀ। ਠੀਕ। ਅਤੇ ਜਦੋਂ ਪਾਰਟੀਸ਼ਨ ਹੋਈ ਆ ਉਸ ਤੋਂ ਪਹਿਲਾਂ ਦੇ ਕੀ ਹਾਲਾਤ ਸਨ, ਕਿਵੇਂ ਲੋਕ ਇੱਥੇ, ਵੀ ਅੱਧੇ ਘਰ ਉਹਨਾਂ ਦੇ ਅੱਧੇ ਇਹਨਾਂ ਦੇ, ਕਿਵੇਂ ਲੋਕ ਰਹਿੰਦੇ? ਬੜੇ ਆਰਾਮ ਸਾਰੇ ਸਾਨੂੰ ਉਹ ਮਿਲਾਦੇ ਰਹੀ ਉਹਨਾਂ ਨੂੰ ਮਿਲਾਦੇ ਰਹੇ। ਅੱਛਾ। ਇੱਥੇ ਜੇ ਪਾਰਟੀਸ਼ਨ ਹੋਈ ਨਾ ਇੱਥੋਂ ਤੱਕ ਮਾਨਪੁਰ ਦੇ ਬੰਦੇ ਆਉਂਦੇ ਸਨ, ਅੱਗੋਂ ਸਾਡੇ ਪਿੰਡ ਜਿਹੜੇ ਹਨ ਇਹ ਮੋੜੇ ਸਨ, ਖਬਰ ਜਦੋਂ ਇਹ ਫਤਿਹਰੇ ਵਾਲੇ ਗਏ ਨੇ ਉੱਠ ਕੇ ਉਦੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਕੋਈ ਨਹੀਂ। ਸਹੀ ਸਲਾਮਤ ਗਏ? ਸਹੀ ਸਲਾਮਤ। ਠੀਕ ਹੈ। ਤੂੰ ਅੱਗੇ ਜਾ ਕੇ ਹੋਇਆ ਹੋਵੇ ਤਾਂ ਇੱਥੇ ਕੋਈ ਨਹੀਂ ਜਾ, ਪਿੰਡ ਦੀ ਹਦੂਦ ਤੱਕ ਬਿਲਕੁਲ ਠੀਕ ਸੀ। ਅਤੇ ਕਿਵੇਂ ਇਹਨਾਂ ਨੂੰ, ਜਿਵੇਂ ਤੁਸੀਂ ਦੱਸਿਆ ਵੀ ਉਦੋਂ ਕਿਸੇ ਨੇ ਠਾ ਦਿੱਤਾ ਵੀ ਹੁਣ ਬਾਹਰੋਂ ਜਸੇ ਪੈਣ ਲੱਗ ਪਏ ਆ, ਜਾਂ ਕਿ ਆਪੇ ਉੱਠ ਕੇ ਚਲੇ ਗਈ ਵੀ ਹੁਣ ਜਾਣਾ ਪੈਣਾ? ਆਪੇ ਹੀ ਗਏ, ਆਪੇ ਗਏ।
ਤੇ ਪਿੰਡ ਵਾਲੇ ਜਿਹੜੇ ਮੁਸਲਮਾਨ ਬਰਾਦਰੀ ਸੀ ਉਦੋਂ ਉਹਨਾਂ ਨੇ ਕਿਵੇਂ ਕਿਸੇ ਨੇ ਕੁਛ ਕੁਛ ਆਖਿਆ ਜੇ ਉਹ ਸਿੱਖ ਆਉਂਦੇ ਹਨ ਤੇ ਸਾਰੇ ਇੱਥੇ ਜੁੜੇ ਹੋਏ ਵੀ ਇੱਕ ਦੂਜੇ ਦੀ ਮਦਦ ਕਰਦੇ ਤੇ ਉਹਨਾਂ ਦਾ ਮਾਲ ਡੰਗਰ ਜੇ ਉਹ ਲੈ ਗਏ ਨਾਲ ਕੇ ਛੱਡ ਗਏ ਛੱਡ ਗਏ ਮਾਲ ਡੰਗਰ ਕਿਹਨੇ ਖੜਨਾ ਸੀ ਉਹ ਆਪਾਂ ਫਿਰ ਮਾਲ ਡੰਗਰ ਕਿਹਨੇ ਖੜਨਾ ਤੇ ਕੋਈ ਬਾਅਦ 'ਚ ਨਹੀਂ ਆਏ ਉਸ ਤੋਂ ਬਾਅਦ ਇੱਥੇ ਕੋਠ ਪਿੰਡ ਫਿਰਨ ਵਾਸਤੇ ਫਤਿਹ ਰਿਹਾ ਉਸ ਤੋਂ ਬਾਅਦ ਨਹੀਂ ਆਏ ਜਦੋਂ ਤੇ ਗਏ ਮੇਨ ਜਿਹੜੇ ਤੁਹਾਡੇ ਨਾਲ ਬੰਦਾ ਆਇਆ ਸੀ ਉਹਨੇ ਕੋਈ ਪੈਸੇ ਦਿੱਤਾ ਲਿਆ ਸੀ ਉਹ ਅਗਲਾ ਲਗੜ ਛੱਲਿਆ ਸੀ ਵੀ ਕੋਈ ਨਹੀਂ ਦਿੱਤਾ ਠੀਕ ਹੋ ਗਿਆ ਬਹੁਤ ਸ਼ੁਕਰੀਆ ਤੁਹਾਡਾ ਫਤਿਹ ਰਿਹਾ ਆਪਾਂ ਬੈਠੇ ਸਾਂ ਕੋਸ਼ਿਸ਼ ਕਰਦੇ ਹਾਂ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਪਿੰਡ ਵਿਖਾਉਣ ਦੀ ਫਤਿਹ ਰਿਹਾ ਜਿਹੜੇ ਇਸ ਪਿੰਡ ਤੋਂ ਉੱਠ ਗਏ ਨੇ ਪਾਰਟੀਸ਼ਨ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਦੋ ਤਿੰਨ ਨਾਂ ਦੱਸੇ ਜਿਹੜੇ ਇਹਨਾਂ ਨੂੰ ਯਾਦ ਨੇ ਜੇ ਉਹ ਸਾਨੂੰ ਉਹਨਾਂ ਦੀ ਕੋਈ ਫੈਮਿਲੀ ਉਹਨਾਂ ਦੇ ਬੱਚਿਆਂ 'ਚ ਗੋਬਿੰਦਾ ਹੋਵੇ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਇਹਨਾਂ ਦਾ ਨੰਬਰ ਤੁਹਾਨੂੰ ਅਸੀਂ ਜ਼ਰੂਰ ਸ਼ੇਅਰ ਕਰ ਦਾਂਗੇ ਆਓ ਲੈ ਕੇ ਚੱਲਦੇ ਤੁਹਾਨੂੰ ਪਿੰਡ ਸਾਈਕਲ ਹੋ ਗਿਆ ਸੀ ਪੈਂਚਰ ਅਤੇ ਆਪਾਂ ਆਏ ਅੱਜ ਪਿੰਡ ਫਤਿਹ ਰਿਹਾ ਪਾਰਟੀਸ਼ਨ ਵੇਲੇ ਜਿਹੜੇ ਸਰਦਾਰ ਇੱਥੋਂ ਉੱਠ ਕੇ ਗਏ ਸੀ ਉਹਨਾਂ ਦੀ ਰਿਕੁਐਸਟ ਸੀ ਕਿ ਪਿੰਡ ਵਿਖਾਇਆ ਜਾਵੇ ਅਤੇ ਅੱਜ ਅਸੀਂ ਸਾਈਕਲ 'ਤੇ ਆਏ ਪਿੰਡ ਤੁਹਾਨੂੰ ਲੈ ਕੇ ਚੱਲਾਂਗੇ ਉਹਨਾਂ ਨੂੰ ਫੋਟੋ ਕਰਾਂਗੇ ਅਤੇ ਕੈਮਰਾਮੈਨ ਤੋਂ ਅੱਜ ਬਾਅਦ ਉਹ ਨਾਲ ਨਾਲ ਆ ਜਾਏ ਮੇਰੇ ਪਿੱਛੇ ਪਿੱਛੇ ਸਾਈਕਲ 'ਤੇ ਜਿਸ ਜਗ੍ਹਾ ਆਪਾਂ ਖਲੋਤੇ ਹਾਂ ਦਰਬਾਰ ਸ਼ਰੀਫ ਹੈ ਪਿੰਡ ਦਾ ਇਹ ਹਸਰਤ ਪੀਰ ਬਹਾਰ ਸ਼ਾਹ ਅਤੇ ਇਹ ਬਿਲਕੁਲ ਖੱਬੇ ਪਾਸੇ ਸਾਡੇ ਜਿਹੜਾ ਸਾਥੀ ਆ ਪਿੰਡ ਦੀ ਗੋੜ ਜਿਹੜਾ ਪਿੰਡ ਦੇ ਬਾਹਰ ਬਾਹਰ ਪਿੰਡ ਦੇ ਨੰਬਰਦਾਰ ਸਨ ਹਰਨਾਮ ਸਿੰਘ ਉਸ ਤੋਂ ਇਲਾਵਾ ਜਿਹੜੇ ਜਾਣੇ ਮਾਣੇ ਨੇ ਏਸਰ ਸਿੰਘ ਅਤੇ ਕੇਸਰ ਸਿੰਘ ਉਹਨਾਂ ਦਾ ਪਿੰਡ ਆ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਬਿਲਕੁਲ ਜੇ ਆਪਾਂ ਗੱਲ ਕਰੀਏ ਰਾਵੀ ਦਰਿਆ ਜਿਹੜਾ ਉਸ ਤੋਂ ਲਾਹੌਰ ਦੇ ਬਿਲਕੁਲ ਵੈਸੇ ਤਾਂ ਨਾਲ ਲੱਗਦਾ ਸ਼ਾਹਦਰੇ ਤੋਂ ਆਪਾਂ ਆਈਏ ਕਾਲਖਤਾਈ ਰੋਡ 'ਤੇ ਉਸ ਪਿੰਡ ਉੱਥੇ ਉਸ ਜਗ੍ਹਾ 'ਤੇ ਪਹਿਲੇ ਡਿਸਟ੍ਰਿਕਟ ਸ਼ੇਖੂਪੁਰਾ ਦੇ ਵਿੱਚ ਸੀ ਹੁਣ ਕਿਉਂਕਿ ਇਹਨੂੰ ਲਾਹੌਰ ਦੇ ਦੋ ਜ਼ੋਨ ਇਸ ਪਿੰਡ ਤੋਂ ਜਿਹੜੇ ਉੱਠ ਕੇ ਗਏ ਨੇ ਸਰਦਾਰ ਵੀਰ ਏਸਰ ਸਿੰਘ ਅਤੇ ਕੇਸਰ ਸਿੰਘ ਅਤੇ ਸਰਦਾਰ ਹਰਨਾਮ ਹੋਰੀ ਉਹਨਾਂ ਦੇ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਇਸ ਪਿੰਡ ਦੇ ਵਿੱਚ ਚੱਲੇ ਹਾਂ ਅਤੇ ਲੈ ਕੇ ਜਾਵਾਂਗੇ ਤੁਹਾਨੂੰ ਪਿੰਡ 'ਤੇ ਵਹਾਵਾਂਗੇ ਸਾਰਾ ਪਿੰਡ ਆਓ ਚੱਲਦੇ ਹਾਂ ਪਿੰਡ ਫਤਿਹ ਰਿਹਾ ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਵੇਂ ਤੁਹਾਨੂੰ ਪਤਾ ਕਿ ਦੱਸਿਆ ਸੀ ਤੁਹਾਨੂੰ ਅਸੀਂ ਆਏ ਸਾਂ ਫਤਿਹ ਰਿਹਾ ਪਿੰਡ ਅਤੇ ਸਾਨੂੰ ਪਤਾ ਲੱਗਾ ਸੀ ਇੱਥੇ ਬਜ਼ੁਰਗ ਨੇ ਇੱਕ ਜਿਹੜੇ ਪਾਰਟੀਸ਼ਨ ਟਾਈਮ ਕਾਫੀ ਹੋਸ਼ ਇਹਨਾਂ ਨੂੰ ਜਵਾਨ ਸਨ ਅਤੇ ਪਿੰਡੋਂ ਪਤਾ ਕੀਤਾ ਪਿੰਡ ਮਿਲੇ ਨਹੀਂ ਉਹਨਾਂ ਦੇ ਡੇਰੇ 'ਤੇ ਜਾ ਰਹੇ ਹਾਂ ਡੇਰੇ 'ਤੇ ਉਹ ਬਜ਼ੁਰਗਾਂ ਨੂੰ ਆਪਾਂ ਮਿਲਦੇ ਹਾਂ ਜਾ ਕੇ ਜਦੋਂ ਤੱਕ ਪੁੱਛਾਂਗੇ ਕਹਾਣੀ ਪਾਰਟੀਸ਼ਨ ਦੀਆਂ ਉਹ ਗੱਲਾਂ ਉਹ ਦਾਸਤਾਨ ਜਿਹੜੀਆਂ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਵਿਛੋੜੇ ਦੀਆਂ ਦਾਸਤਾਨਾਂ ਸਾਂਝਿਆਂ ਦੀ ਕਹਾਣੀ
ਉਹ ਸਾਰੀ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਰੱਖਾਂਗੇ। ਉਹ ਜੁੜੇ ਰਹਿਣਾ ਸਾਡੇ ਨਾਲ ਪੰਜਾਬੀ ਲਹਿਰ ਯੂਟਿਊਬ ਚੈਨਲ 'ਤੇ। ਅੱਜ ਤੁਹਾਨੂੰ ਅੱਜ ਦਾ ਵਲੌਗ, ਅੱਜ ਦਾ ਜਿਹੜਾ ਐਪੀਸੋਡ ਆ ਉਹ ਪਿੰਡ ਫਤਿਹ ਰਿਆਂ ਚੱਲਦੇ ਆਪਾਂ ਡੇਰੇ 'ਤੇ, ਮਿਲਦੇ ਜਾ ਕੇ। ਅਸਲਾਮ ਵਾਲੇਕੁਮ ਦੋਸਤੋ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਅਸੀਂ ਅੱਜ ਪਿੰਡ ਪਹੁੰਚੇ ਹਾਂ, ਪਿੰਡ ਫਤਿਹ ਰਿਆਂ। ਫਤਿਹ ਰਿਆਂ ਜਿਹੜਾ ਰਾਵੀ ਦਰਿਆ ਬਿਲਕੁਲ ਉਹਦੇ 'ਤੇ ਪਹਿਲਾ ਪਿੰਡ ਆ, ਜੇ ਆਪਾਂ ਗੱਲ ਕਰੀਏ ਸ਼ੇਖੂਪੁਰਾ ਦੇ ਵਿੱਚ। ਲੇਕਿਨ ਹੁਣ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨੂੰ ਦੋ ਜ਼ੋਨ ਬਣਾ ਤੇ ਲਾਹੌਰ ਦੇ, ਲਾਹੌਰ ਦੇ ਵਿੱਚ ਆ ਗਿਆ। ਅਸੀਂ ਇਸ ਪਿੰਡ ਪਹੁੰਚੇ ਸਾਂ। ਏਸਰ ਸਿੰਘ ਅਤੇ ਕੇਸਰ ਸਿੰਘ ਅਤੇ ਸਰਦਾਰ ਹਰਨਾਮ ਸਿੰਘ ਇਸ ਪਿੰਡ ਦੇ ਸਨ ਵਾਸੀ। ਉਹਨਾਂ ਦੇ ਪਿੰਡ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਅੱਜ ਅਸੀਂ ਪਿੰਡ ਪਹੁੰਚੇ ਸਾਂ। ਨਾਲੇ ਪਾਰਟੀਸ਼ਨ ਨੂੰ ਮੁੱਖ ਰੱਖਦੇ ਹਾਂ, ਪਾਰਟੀਸ਼ਨ ਵੇਲੇ ਕੀ ਹਾਲਾਤ ਸਨ, ਉਸ ਤੋਂ ਪਹਿਲਾਂ ਲੋਕ ਕਿਵੇਂ ਰਹਿੰਦੇ ਸਨ, ਸਾਰੀ ਗੱਲਬਾਤ ਕਰਨੀ ਆ। ਅਤੇ ਉਹਨਾਂ ਦੇ ਪਿੰਡ ਦੇ ਵਾਸੀਆਂ ਬਾਰੇ ਪੁੱਛਣਾ ਵੀ ਇੱਥੇ ਕੌਣ ਕੌਣ ਰਹਿੰਦਾ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ। ਨਾਂ ਕੀ ਬਜ਼ੁਰਗੋ ਤੁਹਾਡਾ ਦੱਸਿਓ ਤੁਸੀਂ? ਮੁਰਾਦ ਅਲੀ। ਮੁਰਾਦ ਅਲੀ ਤੇ ਅੱਬਾ ਜੀ ਦਾ? ਚੰਨਨਦੀਨ। ਚੰਨਨਦੀਨ ਅਤੇ ਉਹਦਾ ਭਰਾ ਸੀਗਾ ਇਲਮਦੀਨ। ਇਲਮਦੀਨ ਅਤੇ ਕਿੰਨੀ ਤੁਹਾਡੀ ਉਮਰ ਕਿੰਨੀ ਆ? ਜਦੋਂ ਪਾਕਿਸਤਾਨ ਉੱਥੇ ਜਾ ਕੇ ਫੌਜੀਆਂ ਨੂੰ ਪਾਣੀ ਪਿਆਇਆ। ਅੱਛਾ, ਪਾਣੀ ਪਿਆਉਂਦੇ ਜਵਾਨ ਸੋ? ਹਾਂ ਬਾਬਾ, ਇਹਨਾਂ ਮੁੰਡਿਆਂ ਨਾਲ ਉੱਚਾ ਹੁੰਦਾ। ਅੱਛਾ, ਕੋਈ 12-13 ਸਾਲ ਹੋਣੀ ਆ? ਹਾਂ, ਉਦੋਂ ਸਾਡੀ ਫੌਜ ਆਪਣੀ ਮਿੰਟੀ ਸੀ ਅਤੇ ਉਹ ਉੱਥੇ ਸਪੈਲ ਪੋ ਸੀ, ਉਹਦਾ ਨਾਂ ਜੀ ਅਸੀਂ ਉਹ ਬੈਠਾ ਆ। ਉਹਨੇ ਆਪਣੇ ਮਹਿਮਾਨ ਇਕੱਠੇ ਕੀਤੇ ਸਨ ਅਤੇ ਉਹਦਾ ਮੁੰਡਾ ਹੈ ਕਿ ਲੈਫਟੈਨ, ਉਹਦੇ ਮੈਂ ਟਰੱਕ ਲਿਆਵਾਂਗਾ ਅਤੇ ਬਾਹਰ ਆਮ ਸਮਾਨ ਵੀ ਅਤੇ ਬੰਦੇ ਜਨਾਨੀਆਂ ਲੈ ਜਾਵਾਂਗਾ। ਉਹ ਹੋ ਗਿਆ ਲੇਟ, ਆਖਣਗੇ ਸਾਨੂੰ ਆਰਡਰ ਨਹੀਂ ਹੈਗਾ ਗੋਲੀ ਚਲਾਉਣ ਦਾ, ਤੁਸੀਂ ਲੁੱਟਣਾ ਤਾਂ ਲੁੱਟ ਲਓ। ਉਹ ਬੰਦੇ ਤਾਂ ਫਿਰ ਸਾਨੂੰ ਭੱਜ ਜੁੜੇ, ਸਾਡੇ ਕੋਲ ਭਾਂਡੇ ਸਨ 3-4, ਉਹ ਕਹਿਣ ਦਿਆ ਜਿਹਦੇ ਲੋਕ ਦੁੱਧ ਲੈ ਜਾਂਦੇ ਨੇ, ਉਹ ਅਸੀਂ ਖੰਡ ਛੰਡ ਪਾਈ, ਬਰਫ਼ ਪਾਈ, ਮਿੱਠਾ ਜਿੱਟਾ ਅਸੀਂ ਉਹਦੇ ਪਿਆਈ, ਉਹ 20-30 ਟਰੱਕ ਸਨ। ਅੱਛਾ ਬਜ਼ੁਰਗੋ, ਜਿਹੜੇ ਇੱਥੇ ਪਿੰਡ ਦੇ ਵਿੱਚ ਰਹਿੰਦੇ ਸੀ ਸਰਦਾਰ, ਕਿੰਨੇ ਘਰ ਸੀ ਮੁਸਲਮਾਨਾਂ ਦੇ, ਸਰਦਾਰਾਂ ਦੇ ਕਿੰਨੇ ਘਰ ਸੀ? ਅੱਧਾ ਮੁਸਲਮਾਨਾਂ ਦਾ, ਅੱਧਾ ਹਿੰਦੁਸਤਾਨਾਂ ਦਾ। ਅੱਧਾ ਹੀ ਉਹਨਾਂ ਸਰਦਾਰਾਂ ਦਾ। ਉਹਨਾਂ ਦੇ ਲੰਬੜਦਾਰ ਦਾ ਨਾਂ ਯਾਦ ਹੈ ਕਿਹੜਾ ਸੀ? ਲੰਬੜਦਾਰ ਉਹਨਾਂ ਦਾ ਹੈਗਾ ਸੀ ਦਰਬਾਰ ਸਿੰਘ। ਦਰਬਾਰ ਸਿੰਘ ਆਉਂਦੇ ਹਨ। ਠੀਕ ਹੈ, ਅਤੇ ਹੋਰ ਕਿਹੜੇ ਕਿਤੇ ਕਿਤੇ ਨਾਂ ਯਾਦ ਹੈ ਤੁਹਾਨੂੰ ਜਿਹੜੇ ਪਿੰਡ ਦੇ ਕੋਈ ਬੰਦੇ ਸਨ? ਉਹ ਇੱਕ ਦਰਬਾਰਾ ਸਿੰਘ ਸੀ, ਇੱਕ ਭਾਗ ਸਿੰਘ ਸੀ, ਉਸ ਖੂਹ 'ਤੇ ਦੋਵੇਂ ਭਰਾ ਦੇ ਅਤੇ ਬਾਗ ਲੱਗੇ ਸਨ। ਕੀ ਖੂਹ ਦਾ ਕੀ ਨਾਂ ਸੀ ਉਹਨਾਂ ਦੇ? ਚਬੱਚੇ ਵਾਲਾ। ਚਬੱਚੇ ਵਾਲਾ ਖੂਹ ਉਹਨਾਂ ਦਾ ਸੀ। ਉਹਨਾਂ ਦੇ ਕੋਈ ਮੁੰਡੇ ਵੀ ਆ ਗਏ ਸੀ ਅੱਗੋਂ? ਹਾਂ। ਕੀ ਨਾਂ ਸੀ? ਉਹ ਕੋਈ ਮੱਖਣ ਸਿੰਘ ਸੀ, ਕੋਈ ਤੇਜਾ ਸਿੰਘ ਸੀ, ਬੰਗਾਲਾ ਸਿੰਘ ਸੀ, ਉਹ ਇੰਨੇ ਤਿਆਰ ਸੀ। ਅੱਛਾ ਅੱਛਾ, ਅਤੇ ਕਿਵੇਂ ਦੇ ਹਾਲਾਤ ਕਿਵੇਂ ਦੇ ਸੀ? ਉਹਨਾਂ ਅੱਜ ਕੱਲ੍ਹ ਸਿਰ 'ਤੇ ਬਾਜ ਜੂੰਡੇ ਵਾਲੇ ਸਨ। ਹਾਂ, ਮੈਂ ਕਿਹਾ ਹਾਲਾਤ ਕੀ ਸੀ ਇੱਥੇ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਉਜਾੜੇ ਪਏ ਸੀ? ਹਾਲਾਤ 'ਚ ਉਦੋਂ ਅੱਧੀ ਜ਼ਮੀਨ 'ਤੇ ਪਈ ਅਤੇ ਅੱਧੀ ਵਗਦੀ ਸੀ, ਅਸੀਂ ਜਿਹੜੀ ਚੰਗੀ ਨੁਕਰ ਵਹਿੰਦੇ ਹਾਂ ਉਹ ਵਾਹ ਲੈਂਦੇ ਸਾਂ, ਬਾਕੀ ਛੱਡ ਦਿੰਦੇ ਸਾਂ। ਨਹੀਂ, ਜਦੋਂ ਉਜਾੜੇ ਪਏ ਉਦੋਂ ਤਾਂ ਮੈਂ ਪੁੱਛਣ, ਉਦੋਂ ਪਈ ਸੀ ਜ਼ਮੀਨ। ਅੱਛਾ, ਉਦੋਂ ਪਈ ਸੀ, ਸਾਰੀ ਨਹੀਂ ਵਗੀ। ਇਹ ਵੇਖ ਲਓ, ਇਹ 2 ਕਿੱਲੇ ਵਗਦੀ ਆ, 3 ਪਈ ਲੱਗਾ ਸੀ। ਹੁਣ ਜਿਵੇਂ ਟਰੈਕਟਰ ਨਹੀਂ ਇੱਕ ਦਿਨ ਦੇ ਲੈ ਲੈਂਦੇ, ਜੋ ਤੂੰ ਲੈ ਲਈ ਤੇਰੀ ਮੈਂ ਲੈ ਲਈ, ਤੇਰੇ ਕੋਲ ਸ਼ਾਇਦ ਮੈਂ ਲੈ ਲਈ, ਮੇਰੇ ਕੋਲ ਤੂੰ ਲੈ ਲਈ, ਪਾਣੀ ਲੈ ਲਿਆ, ਪਾਣੀ ਮੈਂ ਲੈ ਲਿਆ, ਨਹਿਰ ਸੀ ਨਾ, ਇਸ ਅਸੀਂ ਸ਼ਾਹੀ ਲੈਂਦੇ ਰਹਿੰਦੇ ਹਾਂ। ਕੋਈ ਰੌਲਾ ਰੱਪਾ ਤਾਂ ਨਹੀਂ ਸੀ? ਨਹੀਂ, ਸਾਡੇ ਨਾਲ ਕੋਈ ਰੌਲਾ ਪਏ, ਸਾਡੇ ਕੋਲ ਆਰਾਮ ਨਾਲ ਗਏ ਨੇ। ਸਗੋਂ ਇੱਕ ਇੱਥੇ ਮੁੰਡਾ, ਉਹਨੂੰ ਸਗੋਂ ਉਹਨੇ ਆਖਿਆ ਸੀ ਆਹ ਸ਼ਾਹੀ ਲੈ ਲੈ, ਜੇ ਸਾਡੀ ਕਿਸਮਤ ਚੋਈ ਤਾਂ ਅਸੀਂ ਲੈ ਲਵਾਂਗੇ, ਨਹੀਂ ਤਾਂ ਫਿਰ ਬਾਈ ਅੱਲਾ ਦਾ ਆਸਰਾ। ਉਹ ਫਿਰ ਗੱਲ ਨਾ ਉਹਨਾਂ ਕੋਲ ਕੀਤਾ, ਉਹਦਾ ਫੋਨ ਫਾਨ ਇਹ ਜਿਹਨੇ ਲਈ ਸੀ ਉਹਨਾਂ ਦੀ, ਅਤੇ ਉਹ ਤਾਂ ਉਹਦੀ ਬੂਟੀ ਆਉਂਦੀ ਸੀ, ਉਹ ਕੀ ਹੁਣ ਹੋ ਗਿਆ, ਕੀ ਹੋ ਗਿਆ, ਨਹੀਂ ਮੁੜਿਆ ਉਹ ਨਾ। ਉਹ ਜਰਾ ਜੀਏ ਬਗੈ ਜਾ ਕੇ ਨਾ, ਕਦੀ ਗੱਡੀ ਜਾਵੇ ਸੀ ਅੰਜ ਲੰਘੇ ਥੋੜ੍ਹਾ ਜਿਹਾ, ਕਦੀ ਕਮਲਾ ਹੋ ਗਿਆ, ਕਮਲਾ ਹੋ ਗਿਆ, ਉਹਦੀ ਖਬਰ ਲੈਣ ਜਾਂਦੇ ਨਾ ਅਸੀਂ, ਅਤੇ ਆਉਂਦਾ ਸੀ ਲੋਕੋ ਮੈਂ ਭੁੱਲ ਗਿਆ ਤੁਸੀਂ ਨਾ ਭੁੱਲਿਆ, ਲੋਕੋ ਮੈਂ ਭੁੱਲ ਗਿਆ ਤੁਸੀਂ ਨਾ ਭੁੱਲਿਆ, ਉਹ ਤੇਜ਼ ਬਣਦਾ ਸੀ ਅਤੇ ਦੇ ਗਿਆ ਸੀ ਅਮਾਨ ਦੇ ਦੌਰ 'ਤੇ, ਜੋ ਹੈਗਾ ਕਿਸੇ ਦਾ ਮੋੜਨਾ ਚਾਹੀਦਾ, ਸਾਨੂੰ ਵੀ ਮੋੜਨਾ ਚਾਹੀਦਾ, ਜੋ ਹੈਗਾ ਮੋੜਨਾ ਚਾਹੀਦਾ। ਬਾਈ ਉਹ ਮਿਸਾਲ ਤੌਰ ਤੂੰ ਮੈਨੂੰ ਇਹ ਸ਼ਾਹੀ ਦੇ ਦਿੰਦਾ, ਕੱਲ੍ਹ ਤੂੰ ਆਖੇ ਮੈਨੂੰ ਦੇ ਤਾਂ ਮੈਂ ਆਹ ਮੇਰੇ ਕੋਲ ਕਿੱਥੇ ਹੀ। ਹਾਂ, ਅੱਛਾ ਅੱਛਾ ਅੱਛਾ, ਉਸ ਤੋਂ ਇਹ ਜਦੋਂ ਉਜਾੜੇ ਪਏ ਆ ਤਾਂ ਉਹ ਸਹੀ ਸਲਾਮਤ ਉੱਠ ਕੇ ਚਲੇ ਗਏ, ਆਸੇ ਪਾਸੇ ਆਉਂਦੇ ਨਾ ਵੀ ਬੰਦੇ ਬੜੇ ਮਰੇ ਮੁਰੇ? ਨਹੀਂ ਨਾ, ਇੱਥੇ ਅੱਲਾ ਦੀ ਰਹਿਮਤ ਰਹੀ, ਨਾ ਇੱਥੇ ਕੋਈ ਮਰਿਆ, ਨਾ ਇੱਥੇ ਕੋਈ ਗੱਲ ਪਿਆ, ਇਹ ਬਾਹਰ ਆਮ ਉਹ ਚਾਨਣ ਤੋਂ ਆਇਆ, ਉਹ ਵੀ ਇਹ ਇਕੱਲੇ ਘਰ ਨਾਲ, ਅਤੇ ਬਾਬਕਾਲ ਆ ਹੈਗਾ ਨਾ ਬਰਕਤ ਹੂਜ, ਉੱਥੇ ਇਹਨਾਂ ਅੱਗ ਲਾ ਤੀ ਸੀ ਕੋਠਿਆਂ ਕਾਠਿਆਂ, ਬਾਕੀ ਠੀਕ ਰਿਹਾ ਵਾ, ਸਹੀ ਸਲਾਮਤ ਗਏ, ਸਹੀ ਸਲਾਮਤ। ਉਸ ਤੋਂ ਬਾਅਦ ਮੁੜੇ ਨਹੀਂ?
ਉਹੀ ਮੁੰਡੇ ਆਏ ਜਿਹਨਾਂ ਛੇ ਦਿੱਤੀਆਂ ਉਹ ਲੈਣ ਆਇਆ ਸੀ ਉਹ ਉਹਨਾਂ ਨੂੰ ਉਹ ਘੱਲਦਾ ਇਹਨੇ ਚਿੱਠੀਆਂ ਵੀ ਕਿੱਥੇ ਮਾਵਾਂ ਤੇ ਕਿੱਥੇ ਤੁਸੀਂ ਖਲੋਵੋਗੇ ਇਹ ਸੁਣਦੇ ਹੀ ਨਹੀਂ ਆ ਉਹ ਗੱਲ ਫਿਰ ਅੱਛਾ ਤੇ ਇਹ ਦੱਸੋ ਬਜ਼ੁਰਗੋ ਵੀ ਜਦੋਂ ਗਏ ਨੇ ਕੋਈ ਸਮਾਨ ਸਮੂਨ ਆਪਣਾ ਲੈ ਗਏ ਕਿ ਛੱਡ ਗਏ ਸਾਰਾ ਕੁਛ ਨਹੀਂ ਸਮਾਨ ਕੀ ਡੰਗਰ ਉਹਨਾਂ ਇੱਕ ਹਨ ਉਹ ਕਦੇ ਅੱਧੇ ਕਿਸੇ ਰਾਜ ਕੋਲ ਹੈ ਅੱਧੇ ਲੈ ਗਏ ਇਸ ਤਰ੍ਹਾਂ ਫਿਰ ਆਪੋ ਆਪਣੀ ਜਾਨ ਬਚਾਉਣ ਦੇ ਵਾਸਤੇ ਤੁਸੀਂ ਪਿੰਡ ਵਾਲਿਆਂ ਨੇ ਠੀਕ ਸਲੂਕ ਕੀਤਾ ਜਿਹੜੇ ਤੁਸੀਂ ਪਿੰਡ ਵਾਲੇ ਸੋ ਨਾਲ ਅਸਾਂ ਨਹੀਂ ਉਹਨਾਂ ਨੂੰ ਕੁਛ ਆਖਿਆ ਅੱਛਾ ਅਸੀਂ ਤਾਂ ਸਾਡੇ ਨਾਲ 10-15 ਲੈ ਜੱਫੀਆਂ ਪਾਪਾ ਰੋਂਦੇ ਆ ਅਤੇ ਮਿਲਦੇ ਸਾਂ ਅਸਾਂ ਨਹੀਂ ਉਹਨਾਂ ਨੂੰ ਕੁਛ ਆਖਿਆ ਨਾ ਉਹਨਾਂ ਸਾਨੂੰ ਕੁਛ ਆਖਿਆ ਉਸ ਤੋਂ ਬਾਅਦ ਮੁੜਿਆ ਨਹੀਂ ਕੋਈ ਆਏ ਨਹੀਂ ਉਸ ਬੰਦੇ ਤੋਂ ਇਲਾਵਾ ਨਹੀਂ ਸਾਨੂੰ ਤਾਂ ਦਿੱਤਾ ਕੋਈ ਨਹੀਂ ਜਾਣੇ ਉਹਨੂੰ ਕੱਲੇ ਨੂੰ ਦਿੱਤਾ ਹਾਲੇ ਉਹ ਨਹੀਂ ਵੀ ਵੈਸੇ ਪਿੰਡ ਪੁੰਡ ਵੇਖਣ ਕੋਈ ਨਹੀਂ ਇਹ ਤਾਂ ਕੋਈ ਨਹੀਂ ਹਾਂ ਚਲੋ ਇਹ ਬਜ਼ੁਰਗ ਸਨ ਇਸ ਪਿੰਡ ਦੇ ਵਿੱਚ ਫਤਿਹ ਰਿਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਡਿਆ ਜਿਹੜੇ ਇੱਥੋਂ ਲੋਕ ਉੱਠ ਕੇ ਗਏ ਸੀ ਹੋਰ ਜੇ ਕੋਈ ਤੁਹਾਡੇ ਹਾਣ ਦੇ ਕਿਸੇ ਦਾ ਕੋਈ ਨਾਂ ਯਾਦ ਹੈ ਤਾਂ ਦੱਸ ਦਿਓ ਜਿਹੜੇ ਸਿੱਖਾਂ ਦੇ ਮੁੰਡੇ ਸੀ ਸਿੱਖਾਂ ਦੇ ਤੋੜੀ ਖੂਹ ਸਨ ਇੱਥੇ ਹੈਗਾ ਈਸਰ ਸਿੰਘ ਅਤੇ ਕੇਸਰ ਸਿੰਘ ਉੱਥੇ ਹੈਗਾ ਵਰਿਆਮ ਸਿੰਘ ਅਤੇ ਗਰਿਆਮ ਸਿੰਘ ਅਤੇ ਮੱਲੂ ਅਤੇ ਬੱਜਲੂ ਉਹ ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਸਨ ਅੱਛਾ ਕਿਹੜਾ ਕਿਹੜਾ ਖੂਹ ਸੀ ਉਹ ਸੀ ਉਹਨਾਂ 'ਚ ਬੱਚਿਆਂ ਵਾਲਾ ਜਿਹੜਾ ਤੁਹਾਨੂੰ ਦੱਸਿਆ ਉਹ ਦੋ ਭਰਾ ਉਹ ਸਨ ਦੋ ਯਾ ਸੀ ਈਸਰ ਸਿੰਘ ਅਤੇ ਕੇਸਰ ਸਿੰਘ ਉਹ ਅੱਗੇ ਆ ਗਿਆ ਸੀ ਉਹਦਾ ਨਾਂ ਦੇਵਾ ਸਿੰਘ ਉਹ ਅੱਗੇ ਆ ਗਿਆ ਕੁਰਬਾਨ ਅਤੇ ਖਜਾਨ ਅਤੇ ਉਹ ਇਸ ਤਰ੍ਹਾਂ ਦੇ ਕਿੰਨੇ ਕਿੰਨੇ ਉਹ ਮੁੰਡੇ ਸਨ ਚੰਗੇ ਭਲੇ ਅੱਛਾ ਤੇ ਤੁਸੀਂ ਉਦੋਂ ਪੜ੍ਹਦੇ ਪੁੜਦੇ ਹੋ ਕਿ ਨਹੀਂ ਆ ਪੜ੍ਹਿਆ ਵੀ ਕੋਈ ਨਹੀਂ ਅੱਛਾ ਡੰਗਰਾਂ ਡੁੰਗਰਾਂ ਦਾ ਕੰਮ ਉਦੋਂ ਮੈਂ ਡੰਗਰ ਚਾਰਦਾ ਹੁਣ ਤਾਂ ਜੂਹ ਕੋਈ ਨਹੀਂ ਹੈਗੀ ਉਦੋਂ 10-10-20 ਡੰਗਰ ਫਿਰ ਡੰਗਰ ਚਾਰਦੇ ਰਹਿਣ ਲੱਗੇ ਫਿਰੇ ਅਤੇ ਜਦੋਂ ਵਿਚਾਰੇ ਟੁਰ ਗਏ ਉਹ ਅਸੀਂ 5-5-6 ਮੁੰਡੇ ਹੋਣਾ ਅੱਧੇ ਆਇਸ਼ ਕੁਮਾਰ 'ਚ ਵੜ ਜਾਣਾ ਉਦਾਂ ਆਇਸ਼ ਕੁਮਾਰ 'ਚ ਵੜ ਜਾਣਾ ਉਹ ਕੁਹਾੜੀਆਂ ਤੇ ਰੱਖਣੀਆਂ ਉਹ ਮਾਲ ਨੂੰ ਮਾਰ ਵੱਡ ਅੰਜ ਘਰ ਪੁੱਠੇ ਕੰਮ ਇਹੋ ਕਰਦੇ ਰਹਿਣਾ ਕੀ ਕਰਨਾ ਖੇਡਦੇ ਖੁੱਡਦੇ ਰਹਿਣਾ ਸੋ ਇਹ ਤੁਸੀਂ ਜੁੜੇ ਸੋ ਸਾਡੇ ਨਾਲ ਸੋ ਅੱਜ ਤੁਹਾਨੂੰ ਵਿਖਾਇਆ ਪਿੰਡ ਫਤਿਹ ਰਿਆਂ ਬਜ਼ੁਰਗਾਂ ਦੋ ਬਜ਼ੁਰਗਾਂ ਨਾਲ ਗੱਲਬਾਤ ਜਿਹੜੀ ਕੀਤੀ ਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਐਪੀਸੋਡ ਵਧੀਆ ਲੱਗਾ ਹੋਏਗਾ ਜੇ ਵਧੀਆ ਲੱਗਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੂਜਿਆਂ ਤੱਕ ਪਹੁੰਚਾਇਓ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਰੱਖਦੇ ਰਹਾਂਗੇ ਮਿਲਦੇ ਹਾਂ ਫਿਰ ਰੱਬ ਰੱਖਾ